ਹਾਂਜੀ ਹਾਂਜੀ, ਕੀ ਹਾਲ ਚਾਲ ਗਰੁੱਪ ਵਾਲਿਆਂ ਦਾ? ਠੀਕ ਠਾਕ, ਕੋਈ ਗੱਲ ਨਹੀਂ, ਛੋਟਾ ਵਾ ਜੇ ਨਾ ਸਮਝਿਆ, ਸਮਝ ਨਹੀਂ ਹੈਗੀ ਉਹਨੂੰ, ਅਤੇ ਬਾਕੀ ਕੋਈ ਨਹੀਂ, ਆਪਣਾ ਭਰਾ ਵਾ, ਕੋਈ ਗੱਲ ਨਹੀਂ, ਬੋਲ ਲੈਂਦੇ ਫਿਰ ਕੀ ਆ, ਜੇ ਕੋਈ ਬੋਲਦਾ ਤਾਂ ਕਿਸੇ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਬਾਕੀ ਜਿੰਨੀ ਲੰਮੀ ਆਪਾਂ ਕਬੱਡੀ ਖੇਡਣ ਦੇ ਹਾਂ, ਅਤੇ ਬਾਕੀ ਚਲੋ ਆਪਣਾ ਭਰਾ ਵਾ ਨਿੱਕਾ, ਆਪਾਂ ਉਹਦੇ ਘਰੋਂ ਖਾਧਾ, ਉਹਨੇ ਆਪਣੇ ਘਰੋਂ ਖਾਧਾ, ਆਪਾਂ ਉਹਨੂੰ ਮਾੜਾ ਨਹੀਂ ਕਹਿ ਸਕਦੇ, ਹੈ ਨਾ। ਕਈ ਵਾਰ ਸਮਾਂ ਇਹੋ ਜਿਹਾ ਹੁੰਦਾ ਕਿ ਜਿਹੜੇ ਸਮੇਂ 'ਚ ਨਹੀਂ ਪਤਾ ਲੱਗਦਾ ਕੁਛ, ਉਹ ਸਮਾਂ ਮਾੜਾ ਹੋਊਗਾ ਕੋਈ, ਜਿਹੜਾ ਸਮਾਂ ਆਉਂਦਿਆਂ ਮਾੜਾ, ਅਤੇ ਬਾਕੀ ਕੋਈ ਗੱਲ ਨਹੀਂ, ਆਪਣਾ ਭਰਾ ਵਾ ਛੋਟਾ, ਆਪਾਂ ਉਹਦੇ ਬਾਰੇ ਮਾੜਾ ਨਹੀਂ ਕਹਿਣਾ, ਨਾ ਮਾੜਾ ਕਹਿ ਸਕਦੇ ਹਾਂ ਆਪਾਂ, ਅਤੇ ਨਾ ਹੀ ਮਾੜਾ ਆਪਾਂ ਸੋਚ ਸਕਦੇ ਹਾਂ। ਅਤੇ ਗੱਲਾਂ ਲੰਬੀਆਂ ਨਿਕਲੀ ਜਾਣੀਆਂ ਮੁੜ ਕੇ, ਅਤੇ ਉਹਨਾਂ ਦਾ ਫਾਇਦਾ ਨਹੀਂ ਕੋਈ। ਬਾਕੀ ਆਪਣਾ ਛੋਟਾ ਭਰਾ ਵਾ, ਤੁਸੀਂ ਜਿੰਨੇ ਮੇਰੇ ਪਿਆਰ ਕਰਦੇ ਆ ਇਸ ਗਰੁੱਪ 'ਚ, ਆਪਾਂ ਪ੍ਰੀਤ ਬਾਰੇ ਕੋਈ ਮਾੜੀ ਗੱਲ ਨਹੀਂ ਕਰਨੀ, ਆਪਣਾ ਵੀਰ ਆ, ਅਤੇ ਸਾਰੀ ਉਮਰ ਉਹਨੇ ਆਪਣਾ ਛੋਟਾ ਵੀਰ ਹੀ ਰਹਿਣਾ ਵਾ, ਆਪਾਂ ਉਹਦੇ ਬਾਰੇ ਮਾੜਾ ਨਹੀਂ ਕਹਿ ਸਕਦੇ ਕੁਛ ਵੀ। ਇਹ ਤਾਂ ਨੋਰਮਲ ਗੱਲਾਂ ਹੁੰਦੀਆਂ ਜਿਹੜੀਆਂ ਟੀਮ ਦੇ ਵਿੱਚ ਹੋ ਜਾਂਦੀਆਂ ਅਕਸਰ, ਉਹ ਨੋਰਮਲ ਗੱਲਾਂ ਕਰਨ ਦਿਆ ਉਹ।